ਸਤਕਾਰਯੋਗ 사ਤਸੰਗਜੀ ਮੈਂ ਸਿਮਰਨਜੀਤ ਸਿੰਘ ਮਾਨ ਹੱਦ ਐਮਰਗਰ ਹਲਕੇ ਤੋਂ ਆਪ ਜੀ ਦੇ ਨਾਲ ਗੱਲ ਕਰ ਰਿਹਾ ਹਾਂ ਅੱਜ ਵੀ 3 ਫੈਬਰੂਰੀ ਦੀ ਹੈ ਜਿੱਦਨ ਸਾਡੇ ਦੇਸ਼ ਪੰਜਾਬ ਦੇ ਵਿੱਚ ਇਲੈਕਸ਼ਨਸ ਹੋ ਰਹੇ ਹੈ ਇਹ ਤੁਹਾਡੀ ਸਾਰਿਆਂ ਦੀ ਮੇਲ ਤੋਂ ਬਗੈਰ ਇੱਥੇ ਇਲੈਕਸ਼ਨ ਕਾਮਸ਼ਾਹਬ ਨੇਸੀ ਹੋ ਸਕਦੇ ਇਸ ਕਰਕੇ ਮੈਂ ਅਹਿਮਤ ਗੜ ਤੇ ਅਮਰਗੜ ਦਾ ਜਿਹੜਾ ਸਾਡਾ ਵਪਾਰੀਆਂ ਦਾ ਪਾਈਚਾਰ ਹੈ ਉਹਨਾਂ ਦਾ ਬਹੁਤ ਬਾਰੀ ਸ਼ੁਕਰੀਆ ਕਰਦਾ ਕਿਉਂਕਿ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਸਰਟੀਪਾਰਟੀ ਦੀ ਅਮਦਤ ਕੀਤੀ ਹੈ ਇਹਦੇ ਨਾਲ ਅਸੀਂ ਜਿੱਥੇ ਵਪਾਰੀਆਂ ਦੀ ਗੱਲ ਕਰਦੇ ਆ ਉਥੇ ਸਾਰੇ ਸਿੱਖ ਸੰਗਤ ਦੀ ਗੱਲ ਕਰਦੇ ਆ ਨੌਜਵਾਨਾਂ ਦੀ ਗੱਲ ਕਰਦੇ ਆ ਮੁਸਲਮਾਨ ਭਾਈਚਾਰੇ ਦੀ ਗੱਲ ਕਰਦੇ ਆ ਖਾਸ ਕਰਕੇ ਹਜ਼ਰਤ ਨਿਮਾਨੀ ਸਾਹਿਬ ਦੀ ਤੇ ਬਿਮਾਨ ਮਹੇਸ਼ਕਰ ਮਹੇਸ਼ ਰਾਮ ਜੀ ਦੀ ਸਾਰਾ ਇੰਟਰਨੈਸ਼ਨਲ ਦੇ ਜਿਹੜਾ ਸਾਡਾ ਭਾਈਚਾਰਾ ਹੈ ਆਪਣਾ ਉਹਨਾਂ ਦੇ ਬਹੁਤ ਮਸ਼ਕੂਰ ਹੈ ਇਦਨਾਰ ਸਰ ਦੀਪ ਸਿੰਘ ਸਿੱਟੂ ਦੇ ਜੀਤੇ ਬਗੈਰ ਇੰਦੀ ਕਾਮਸ਼ਾਹੀ ਸਾਡੇ ਪੰਜਾਬ ਦੇ ਵਿੱਚ ਸਾਨੂੰ ਨਹੀਂ ಸಿਬਲ ਸਕਦੀ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਤੇ ਉਹਨਾਂ ਦਾ ਭੋਗ ਅਸੀਂ ਫਤਰਗੜ ਸਾਹਿਬ ਚੋਵੀਤਰੀ ਕ੍ਰਪਾਰੇ ਜਿਹੜੀਆਂ ਸੰਗਤਾਂ ਉੱਥੇ ਜ਼ਰੂਰ ਰੋਟਰਮਲ ਹਾਲ ਦੇ ਵਿੱਚ ਦਰਸ਼ਨ ਦੇ ਜਿੱਥੇ ਸਿੱਧੂ ਸਾਹਿਬ ਦਾ ਸ਼ੁਕਰੀਆ ਹੈ ਉੱਥੇ ਬੀਬੀ ਸੋਨੀਆ ਖਰਮਾਲ ਦਵੀ ਹੈ ਗੁਰਤੇਜ ਸਿੰਘ ਚਤਰਕਾਰ ਸਾਹਿਬ ਦਾ ਵੀ ਹੈਗਾ ਕੋਲੂ ਪਰਵਾਨ ਸਾਹਿਬ ਦਾ ਕਨਵਰ ਜਿਰਾਲਲ ਸਾਹਿਬ ਦਾ ਚੀਮਾ ਸਾਹਿਬ ਦਾ ਕਲਸੀ ਸਾਹਿਬ ਦਾ ਸਾਰੇ ਪਾਰਟੀ ਦੀ ਜਥੇਬੰਦੀ ਦਾ ਉੱਤੋਂ ਤੋਂ ਲੈ ਕੇ ਹੇਠ ਤੱਕ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਫਤਿਹ ਹੋਣ ਤੇ ਅਸੀਂ ਸਾਰੇ ਵਰਗਾਂ ਦਾ ਖਿਆਲ ਰੱਖਾਂਗੇ ਮਲਾਸਬਾਂ ਦਾ ਘੱਟ ਗਿੰਥੀਆਂ ਦਾ ਰੰਗਰੇਟੇ ਸਿੱਖਾਂ ਦਾ ਕੋਈ ਵੀ ਵਰਗ ਸਾਡੀ ਨਿਗਾਹ ਤੋਂ ਦੂਰ ਨਹੀਂ ਜਾਊਗਾ ਅਸੀਂ ਹਮੇਸ਼ਾ ਤੋਡੇ ਸਾਥ ਰਹਾਂਗੇ ਔਰ ਸਾਰਿਆਂ ਦੇ ਲਈ ਅਸੀਂ ਸੱਕ ਵੀ ਮੰਗਾਂਗੇ ਕੰਮ ਵੀ ਕਰਾਂਗੇ ਤੇ ਤੁਹਾਡੀ ਜਿਹੜੀ ਮਾਨਲੀ ਹਾਲਤ ਹੈ ਉਸ ਨੂੰ ਵੀ ਵਧੀਆ ਕਰਾਵਾਂਗੇ ਤੇ ਨਾ ਅਸੀਂ ਨਜਾਇਜ਼ ਨਸ਼ੇ ਤੇ ਨਾ ਰੇਤਾ ਜਿਹੜੀਆਂ ਬਲਾਵਾ ਇਸ ਪੰਜਾਬ ਦੇ ਵਿੱਚ ਫੈਲ ਗਈਆਂ ਇਹਨਾਂ ਦਾ ਅਸੀਂ ਨਸ਼ਟ ਕਰਾਂਗੇ ਧਾਰਮਿਕ ਆਜ਼ਾਦੀ ਬਹਾਲ ਕਰਾਂਗੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਤੇ ਜਿਹੜੇ ਇਹੋ ਜਿਹੇ ਧਾਰਮਿਕ ਗੱਠਜੋੜ ਪਾਰਟੀਆਂ ਨੇ ਕੀਤੇ ਐ ਸਾਡੇ ਪੰਜਾਬੀਆਂ ਤੇ ਸਾਡੀ ਕੌਮ ਦੇ ਖਿਲਾਫ ਜੋ ਕੋਸ਼ ਹੋ ਰਿਹਾ ਇਹ ਸਾਰਾ ਬਲੀਸ ਦੀਆਂ ਤਬਦੀਸ਼ਾ ਹੋਣਗੀਆਂ ਔਰ ਸਾਰੇ ਵੀ ਜ਼ਿੰਮੇਵਾਰ ਜਿਹੜੇ ਇਥੇ ਆਪਣ ਨੂੰ ਪੰ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਲਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਮੇਰਾ ਤੇ ਮੇਰੀ ਪਾਰਟੀ ਦਾ ਵਾਅਦਾ ਹੈ ਤੇ ਮੇਰੇ ਸਾਥੀਆਂ ਦਾ ਤੇ ਮੈਂ ਆਸ ਕਰਦਾ ਕਿ ਸਾਰੇ ਆਪਾਂ ਜੁੜ ਕੇ ਵਧੀਆ ਹੋ ਕੇ ਆਪਾਂ ਇੱਕ ਨਵਾਂ ਪੰਜਾਬ ਦੇਸ਼ ਬਣਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਸਾਰਨ ਮੇਰੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ